ਰੈਡੀ ਸੰਸਾਰਿਕ ਇਤਿਹਾਸ ਵਿੱਚ ਮੇਜਰ ਬਾਲਟਰ ਸਮਰਫੋਰਡ ਨਾਂ ਦਾ ਵਿਅਕਤੀ ਇੱਕ ਬਦਕਿਸਮਤ ਤੇ ਰਹੱਸਮਈ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਡੰਡੀ ਜਿਵੇਂ ਕਿ ਅਸੀਂ ਸਾਰੇ ਹੀ ਕਹਿੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਉਹੀ ਹੁੰਦਾ ਹੈ ਜੋ ਰੱਬ ਨੇ ਲਿਖਿਆ ਹੁੰਦਾ ਹੈ ਜਿਸ ਨੂੰ ਅਸੀਂ ਰੱਬ ਦਾ ਪਾਣਾ ਮੰਨਦੇ ਹਾਂ ਡੰਡੀ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ ਅਤੇ ਨਾ ਹੀ ਅਸੀਂ ਉਸ ਦੇ ਵਿਰੁੱਧ ਹੀ ਕੁਝ ਕਰਨਾ ਚਾਹੁੰਦੇ ਹਾਂ ਡੰਡੀ ਰੱਬ ਨੂੰ ਜੋ ਮਨਜ਼ੂਰ ਹੁੰਦਾ ਵਿਅਕਤੀ ਦੀ ਉਸ ਸਾਹਮਣੇ ਇੱਕ ਨਹੀਂ ਚੱਲਦੀ ਡੰਡੀ ਇਸੇ ਕਹਾਵਤ ਤੋਂ ਉੱਤੇ ਹੀ ਆਧਾਰਤ ਮੀਜਰ ਵਾਲਟਰ ਸਮਰਫੋਰਡ ਦੇ ਜੀਵਨ ਦੀ ਰਹਾਸਮਈ ਘਟਨਾ ਹੈ ਜਿਸ ਬਾਰੇ ਜਾਣ ਕੇ ਲੋਕ ਹੈਰਾਨ ਹੁੰਦੇ ਹਨ ਪਰ ਇਹ ਸੱਚ ਹੈ ਡੰਡੀ ਅਸਲ ਵਿੱਚ ਉਸ ਤੋਂ ਵੱਧ ਕਿਸਮਤਾ ਇਨਸਾਨ ਇਸ ਧਰਤੀ ਉੱਤੇ ਕੋਈ ਨਹੀਂ ਮੰਨਿਆ ਜਾਂਦਾ ਡੰਡੀ ਮੀਜਰ ਵਾਲਟਰ ਸਮਰਫੋਰਡ ਬ੍ਰਿਟਾਨੀਆ ਦਾ ਰਹਿਣ ਵਾਲਾ ਸੀ ਅਤੇ ਬਰਤਾਨੀਆ ਦੀ ਸੈਨਾ ਵਿੱਚ ਅਫਸਰ ਦੇ ਅਹੁਦੇ ਉੱਤੇ ਤਾਇਨਾਤ ਸੀ ਡੰਡੀ ਉਸ ਨਾਲ ਉਸ ਦੀ ਜ਼ਿੰਦਗੀ ਵਿੱਚ ਵਾਪਰੀਆਂ ਤਿੰਨ ਘਟਨਾਵਾਂ ਨੇ ਉਸ ਨੂੰ ਸੰਸਾਰ ਦਾ ਸਭ ਤੋਂ ਬਦਕਿਸਮਤ ਤੇ ਰਹੱਸਮਈ ਵਿਅਕਤੀ ਬਣਾ ਦਿੱਤਾ ਡੰਡੀ ਇਹ ਹੀ ਨਹੀਂ ਜਿੰਨਾ ਤਿੰਨ ਘਟਨਾਵਾਂ ਨੇ ਉਸ ਨੂੰ ਅਲਹਸਮਈ ਤੇ ਬਦਕਿਸਮਤ ਬਣਾਇਆ ਮਰਨਮਗਰੋਂ ਵੀ ਇਹਨਾਂ ਘਟਨਾਵਾਂ ਨੇ ਉਸ ਦਾ ਸਾਥ ਨਹੀਂ ਛੱਡਿਆ ਡੰਡੀ ਮੇਜਰ ਬਾਲਟਰਸ ਸਮਰਫੋਰਡ ਦੇ ਜੀਵਨ ਵਿੱਚ ਪਹਿਲੀ ਘਟਨਾ ਸਨ 1918 ਵਿੱਚ ਵਾਪਰੀ ਜਦੋਂ ਵਿਸ਼ਵ ਯੁੱਧ ਸਮੇਂ ਉਸ ਦੀ ਤਾਇਨਾਤੀ ਬੈਲਜੀਅਮ ਵਿੱਚ ਸੀ ਟੰਡੀ ਇੱਕ ਰੈਡੀ ਦੇਨਾ ਬਾਲਟਰ ਰੋਜ਼ਾਨਾ ਬਾਗ ਘੋੜਸਵਾਰੀ ਕਰ ਰਿਹਾ ਸੀ ਤਾਂ ਅਚਾਨਕ ਅਸਮਾਨੀ ਬਿਜਲੀ ਉਹਨਾਂ ਉੱਪਰ ਆੜ ਕੇ ਜਿਸ ਕਾਰਨ ਉਹਨਾਂ ਦੇ ਸਰੀਰ ਦੇ ਲੱਕ ਤੋਂ ਹੇਠਲਾ ਹਿੱਸਾ ਲੱਕਵੇ ਨਾਲ ਖਰਾਬ ਹੋ ਗਿਆ ਡੰਡੀ ਥੋੜੇ ਹੀ ਸਮੇਂ ਵਿੱਚ ਬਾਲਟਰ ਪਹਿਲਾ ਬਾਗ ਪੂਰੀ ਤਰ੍ਹਾਂ ਤੰਤਰਸਤ ਹੋ ਗਏ ਅਤੇ ਉਹ ਫਿਰ ਤੋਂ ਤੁਰਨ ਫਿਰਨ ਲੱਗੇ ਡੰਡੀ ਜਦੋਂ ਉਹ ਦੁਬਾਰਾ ਕੰਮ ਉੱਤੇ ਚਏ ਤਾਂ ਬਦਕਿਸਮਤੀ ਨਾਲ ਉਹਨਾਂ ਨੂੰ ਬਰਤਾਨੀਆਂ ਅੌਜ ਵਿੱਚੋਂ ਜ਼ਬਰਦਸਤੀ ਸੇਵਾਮੁਕਤ ਕਰ ਦਿੱਤਾ ਗਿਆ ਸੀ ਜਿਸ ਨੇ ਉਹਨਾਂ ਨੂੰ ਕਾफी ਨਿਰਾਸ਼ ਕੀਤਾ ਡੰਡੀ ਬਾਲਟਰ ਦੀ ਜੀਵਨ ਦੀ ਇਹ ਪਹਿਲੀ ਬਦਕਿਸਮਤੀ ਵਾਲੀ ਘਟਨਾ ਸੀ ਜਿਸ ਨੇ ਬਾਲਟਰ ਤੋਂ ਉਸਦਾ ਸਭ ਕੁਝ ਖੋ ਲਿਆ ਸੀ ਡੰਡੀ ਇਸ ਘਟਨਾ ਮਗਰੋਂ ਬਾਲਟਰ ਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਸਾਹਬਿਆ ਹੀ ਸੀ ਕਿ ਇੱਕ ਹੋਰ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਵਿੱਚ 10 ਦਿੱਤੀ ਡੰਡੀ ਇਸ ਘਟਨੀ ਉਸ ਦੀ ਜ਼ਿੰਦਗੀ ਵਿੱਚ ਪਹਿਲੀ ਘਟਨਾ ਨਾਲੋਂ ਠੀਕ 6 ਸਾਲ ਮਗਰੋਂ ਭਾਵ ਸਾਲ 1924 ਵਿੱਚ ਘਟੀ ਡੰਡੀ ਹੁਣ ਜਦੋਂ ਬਾਲਟਰ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਚੁੱਕਿਆ ਸੀ ਡੰਡੀ ਕੈਨੇਡਾ ਵਿੱਚ ਰਹਿੰਦੇ ਬਾਲਟਰ ਅਕਸਰ ਕੋਲ ਪੈਂਦੇ ਤਲਾਬ ਵਿੱਚ ਮੱਛੀਆਂ ਫੜਨ ਜਾਂਦੇ ਸੀ ਡੰਡੀ ਹਰ ਰੋਜ਼ ਬਾਗ ਬਾਲਟਰ ਜਦੋਂ ਮੱਛੀਆਂ ਫੜਨ ਨਾਲ ਦੇ ਤਲਾਬ ਵਿੱਚ ਗਏ ਤਾਂ ਜਿੱਥੇ ਉਹ ਇੱਕ ਦਰਖਤ ਹੇਠਾ ਬੈਠਾ ਸੀ ਅਚਾਨਕ ਉਹਨਾਂ ਉੱਪਰ ਫਿਰ ਅਸਮਾਨੀ ਬਿਜਲੀ ਡਿੱਗੀ ਜਿਸ ਕਾਰਨ ਉਹਨਾਂ ਦੇ ਸਰੀਰ ਦਾ ਅੱਧੇ ਹਿੱਸੇ ਨੂੰ ਪੂਰੀ ਤਰ੍ਹਾਂ ਲਕਵਾ